ਭਾਈ ਤੇਰੇ ਹੀ ਆ, ਪਰ ਲੱਛਣ ਤੇਰੇ ਠੀਕ ਨਹੀਂ ਆ। ਸਾਡੀਆਂ ਦਾੜੀਆਂ ਵੀ ਸਾਨੂੰ ਰੱਖ ਮੋਟੀ ਹੈ, ਦੱਸਤਾ ਸੀ ਕਿਆ ਕਰਨਾ ਕਰਨਾ, ਤੂੰ ਸ਼ਰਾਬ ਕਦੇ ਪੀਤੀ, ਮੈਨੂੰ ਤਾਂ ਇਹ ਗੱਲ ਦਾ ਗੁੱਸਾ ਆ। ਆਹੋ ਬੰਦੇ ਕਹੀ ਜਾਂਦੇ ਆ ਕਿ ਠੇਕੇ ਵਿੱਚ ਆਂਡੇ ਖਾਣਾ ਸ਼ਰਾਬ ਪੀਣਾ ਜਾ ਕੇ ਉੱਥੇ, ਮੈਨੂੰ ਇੰਨਾ ਬਾਣਾ ਪਾ ਕੇ ਚੰਗਾ ਲੱਗਦਾ ਇਹ ਕੰਮ। ਦੇਖ ਲਿਆ ਫਿਰ ਜੇ ਹੁਣ ਦੇਖ ਲਿਆ ਗਰੀਬਾਂ ਦੀ ਰੱਖਿਆ ਕਰਨੀ, ਤੁਸੀਂ ਗਰੀਬ ਪੁੱਟਣ ਲੱਗ ਗਏ, ਸਮਝ ਨਹੀਂ ਆਉਂਦੀ ਤੇਰੇ ਸਾਹਮਣੇ ਜਵਾਬ ਕਈ ਛੋਟਾ ਜਵਾਬ ਤੇਰੇ ਬਾਬਾ ਦਾ ਗਲਤੀ ਠੀਕ ਆ, ਅੱਜ ਤੇ ਮੈਂ ਇਹੋ ਜਿਹਾ ਕਹਿੰਦੀ 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 ਕਰੂੰਗਾ, ਮੈਂ ਤੁਹਾਨੂੰ ਸਵੇਰੇ 1 ਰੁਪਏ ਦਊਂਗਾ, ਹੋਰ ਦੱਸੋ। ਇਹ ਮਾਂ ਪਾਪਾ ਜੀ ਤੁਸੀਂ, ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ, ਤੁਸੀਂ ਲਲਕਾਰੇ ਤਾਂ ਮਾਰੇ ਗੁਰੂ ਸਾਹਿਬ ਦਾ ਨਾਮ ਲੈ ਕੇ, ਹੁਣ ਤਾਂ ਮਾਫ਼ ਕਰ ਦੋ, ਗੁਰੂਆ ਤੂੰ ਕਮਾਲ ਕਰਦਾ ਯਾਰ, ਜੇ ਅਸੀਂ ਤੇਰੀ ਬੇਇੱਜ਼ਤੀ ਇੱਕ ਥੱਪੜ ਮਾਰ ਲੈਂਦੇ ਅਸੀਂ ਪਹਿਲੀ ਗੱਲ ਤੇਰਾ ਸਤਿਕਾਰ ਕਰਦੇ, ਗੁਰੂ ਦਾ ਬਾਣਾ ਪਾਇਆ ਵਾ। ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਨਿਹੰਗ ਸਿੰਘ ਮਿਲਿਆ, ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ। ਲੋਕਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਨਿਹੰਗ ਸਿੰਘ ਧੁੱਤ ਦੱਸਿਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਲੋਕਾਂ ਨੇ ਇਸ ਮੌਕੇ ਦੇ ਉੱਤੇ ਇਸ ਨਿਹੰਗ ਸਿੰਘ ਨੂੰ ਕਾਫ਼ੀ ਲਾਂਤਾਂ ਪਾਈਆਂ ਨੇ ਅਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸਨੇ ਗੁਰੂ ਦੇ ਬਾਣੇ ਦੀ ਵੀ ਲਾਜ ਨਹੀਂ ਰੱਖੀ। ਹਾਲਾਂਕਿ ਇੱਕ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਨਿਹੰਗ ਸਿੰਘ ਨੇ ਮੰਨਿਆ ਵੀ ਹੈ ਕਿ ਇਸ ਦੇ ਕੋਲੋਂ ਗਲਤੀ ਹੋਈ ਹੈ। ਹਾਲਾਂਕਿ ਮੌਕੇ ਦੇ ਉੱਤੇ ਇੱਕ ਪੰਜਾਬੀ ਅਦਾਕਾਰ ਮਲਕੀਤ ਰੋਣੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇਸ ਗੱਲ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਤਾਂ ਦੱਸ ਦਈਏ ਕਿ ਮੋਹਾਲੀ ਖਰੜ ਰੋਡ ਦੇ ਉੱਤੇ ਕਿਹਾ ਜਾ ਰਿਹਾ ਕਿ ਇਹ ਨਿਹੰਗ ਸਿੰਘ ਨਸ਼ੇ ਦੇ ਵਿੱਚ ਧੁੱਤ ਮਿਲਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਅਤੇ ਜੰਮ ਕੇ ਇਸ ਨੂੰ ਲਾਂਤਾਂ ਪਾਈਆਂ ਗਈਆਂ ਨੇ। ਹਾਲਾਂਕਿ ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਲੋਕਾਂ ਦੇ ਉੱਤੇ ਕਾਬੂ ਪਾਉਣ ਜੋ ਬਾਣੇ ਨੂੰ ਦਾਗ ਲਾਉਂਦੇ ਨੇ। ਤਾਂ ਦੱਸ ਦਈਏ ਕਿ ਇਸ ਨਿਹੰਗ ਸਿੰਘ ਦੇ ਉੱਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ, ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਇਹ ਉਹੀ ਨਿਹੰਗ ਸਿੰਘ ਦੱਸਿਆ ਜਾ ਰਿਹਾ ਹੈ ਜਿਸਨੇ ਕਿ ਖਰੜ ਦੇ ਵਿੱਚ 2 ਦਿਨ ਪਹਿਲਾਂ ਬਾਕੀ ਨਿਹੰਗ ਸਿੰਘਾਂ ਦੇ ਨਾਲ ਅੱਗੇ ਹੋ ਕੇ ਸ਼ੂਟਿੰਗ ਰੁਕਵਾਈ ਸੀ ਅਤੇ ਸ਼ੂਟਿੰਗ ਵਾਲਿਆਂ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਸੀ ਕਿ ਇਹਨਾਂ ਨੇ ਨਕਲੀ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਤਿਆਰ ਕੀਤਾ, ਜਿਸ ਤੋਂ ਬਾਅਦ ਮਾਮਲਾ ਥਾਣੇ ਦੇ ਵਿੱਚ ਪਹੁੰਚਿਆ ਸੀ ਅਤੇ SGPC ਦੇ ਵੱਲੋਂ ਵੀ ਇਸ ਘਟਨਾਕ੍ਰਮ ਦੇ ਉੱਤੇ ਸਖ਼ਤ ਨੋਟਿਸ ਲਿਆ ਗਿਆ ਸੀ। ਅਤੇ ਹੁਣ ਉਹਨਾਂ ਦੇ ਵਿੱਚੋਂ ਇੱਕ ਇਹ ਨਿਹੰਗ ਸਿੰਘ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪਾਇਆ ਗਿਆ। ਠੇਕੇ ਮੂਹਰੇ ਤੇ ਵੀ ਫੜਨਾ ਇਹ,
ਦਾਰੂ ਪੀ ਕੇ ਠੇਕੇ ਤੇ ਦਾਰੂ ਲੈ ਕੇ ਆਉਂਦਾ, ਇਹਦੀ ਮੂਵੀ ਬਣਾ ਕੇ ਪਾਉਂਗੇ, ਠੀਕ ਹੈ ਬਾਬਾ ਜੀ, ਸਾਰਾ ਕੁਝ ਕਰੂੰਗੇ ਇਹਦੇ ਨਾਲ, ਇਹਦੇ ਨਾਲ ਹੁਣ ਕਿੱਥੇ ਬਕਾਇਦਾ ਤੇਰੇ ਇੱਕ ਤੇਰੇ ਕਰਕੇ ਸਾਰੇ ਪੰਜ ਦੀ ਬਦਨਾਮੀ ਨਾਲ ਵੀ ਹੁੰਦੀ ਹੈ, ਠੀਕ ਹੈ ਬਾਬਾ ਜੀ, ਠੀਕ ਹੈ ਠੀਕ ਹੈ ਠੀਕ ਬਾਬਾ ਜੀ, ਇਹਦੇ ਗਾਣੇ ਨੂੰ ਬਦਨਾਮ ਕਰਨ ਦੇ ਨਾਲ ਤੇ ਇਹਨੂੰ ਖੋਲਦੇ ਕੀ ਫਾਇਦਾ, ਬਾਬਾ ਜੀ ਠੀਕ ਆ, ਧੰਨਵਾਦ, ਹੁਣ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦਾ, ਇਸੇ ਮੈਂ ਪੈਵਾ ਪੜਿਆ ਜੰਮ ਜੰਮ ਸਹੀ ਹੋ ਗਿਆ ਬਾਬਾ ਜੀ, ਬਾਬਾ ਜੀ ਨਾਨਕ ਸਿੰਘ ਖੁਦ ਕਹਿੰਦਾ, ਖੁਦ ਤੁਹਾਡੀ ਵੀਡੀਓ ਚ ਕਹਿੰਦਾ ਕਿ ਇਹਨਾਂ ਤੇ ਗਲਤੀ ਹੋਈ ਹੈ, ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ, ਮੈਂ ਇਹਨੂੰ ਗਲਤੀ ਨਹੀਂ ਕਹਿੰਦਾ, ਇਹ ਮਸਤੀ ਹੈ, ਮੈਂ ਇਹੀ ਬੇਨਤੀ ਕਰਦਾ ਬੁੱਢਾ ਦਾ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ, ਪਰਿਵਾਰ 'ਚ ਵੀ ਬੰਦਾ ਗਲਤ ਆ ਜਾਂਦਾ, ਬੱਚਾ ਗਲਤ ਜੰਮ ਪੈਂਦਾ, ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤਭਾਦੀਆਂ ਹਰਕਤਾਂ ਨੂੰ ਰੋਕਿਆ ਜਾਵੇ। ਪਰਸੋਂ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ, ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸਰਾਣਾ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰਜ ਦਾ ਸੀਨ ਕਰ ਰਹੇ ਸੀ, ਇਹੀ ਸੱਜਣ ਮੂਹਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ, ਅਤੇ ਅੱਜ ਇਹੀ ਸੱਜਣ ਦੋ ਦਿਨ ਬਾਅਦ ਕੀ ਕਰ ਰਿਹਾ। ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐਂ ਹੋ ਗਿਆ, ਇਹ ਬੰਦੇ ਪ੍ਰਵਾਸੀ ਭਰਾ ਨੇ, ਸਾਡੇ ਭੈਣ ਭਰਾ ਵੀ ਬਾਹਰਲੀਆਂ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ, ਇਹ ਆਪਣਾ ਰੁਜ਼ਗਾਰ ਚਲਾ ਰਹੇ ਹੈ, ਇਹਦਾ ਨੁਕਸਾਨ ਕਰਕੇ ਕੀ ਮਿਲਿਆ, ਜਾਂ ਤਾਂ ਕੋਈ ਇਹਦਾ ਨਿੱਜੀ ਫਾਇਦਾ ਹੋਵੇ, ਕੋਈ ਫਾਇਦਾ ਨਹੀਂ ਸੀ। ਦੂਜੀ ਗੱਲ ਤੁਹਾਡੇ ਸਾਹਮਣੇ ਚਲੋ ਮਾਫ਼ੀ ਮੰਗ ਲਈ ਬੰਦੇ ਨੇ, ਪਰ ਇਹੋ ਜਿਹਾ ਬਾਣਾ ਪਾ ਕੇ ਇਹੋ ਜਿਹੇ ਕੰਮ ਕਰਨੇ, ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਿਆ ਜਾਂਦਾ ਹੈ, ਅਸੀਂ ਦੁਨੀਆਂ 'ਚ ਬਦਨਾਮ ਹੁੰਦੇ ਇਹਨਾਂ ਕਰਕੇ, ਸੋ ਕੁਛ ਲੋਕ ਚੰਦ ਲੋਕ ਹੁੰਦੇ ਨੇ, ਸਾਰੇ ਲੋਕ ਗਲਤ ਨਹੀਂ ਹੁੰਦੇ, ਸਾਡੇ ਕੋਲ ਗੁਰਜੀਤ ਸਿੰਘ ਸਾਹਿਬਾਨ ਖੜ੍ਹੇ ਨੇ, ਸੋ ਇਹ ਮਾੜੀ ਗੱਲ ਹੈ ਜਿਹੜੇ ਇਹੋ ਜਿਹੇ ਤੁਹਾਨੂੰ ਆਂਸਰ ਮਿਲਦੇ ਆ, ਰੁਕਿਆ ਜਾਣਾ ਚਾਹੀਦਾ, ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹੋ ਜਿਹਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ, ਜਿਹੜਾ ਬਾਣਾ ਪਾ ਕੇ ਬਾਣੇ ਨੂੰ ਆਪਣੀ ਦੁਕਾਨਦਾਰੀ ਚਲਾਉਂਦਾ ਹੈ, ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ। ਛਤਰੀ ਲਗਾਣੇ ਕਾ ਬਾਅਦ ਵੀ ਆਏ, ਇਹਨਾਂ ਬਸ ਕੁਛ ਨਹੀਂ ਸੁਣਾ ਮੇਰੇ ਕੋਲ, ਛਤਰੀ ਮੈਂ ਲੱਠੀ ਵਜਾਣੀ ਸ਼ੁਰੂ ਕਰਤੀ, ਫਿਰ ਮੇਰੇ ਤਰਫ ਕੋਈ ਭਾਗ ਗਿਆ, ਮੇਰੇ ਕੋਲ ਵੀ ਲੱਗ ਜਾਂਦੀ, ਮੈਂ ਵੀ ਫਿਰ ਪਿਛਲੀ ਤਰਫ ਕੁੱਦ ਗਿਆ, ਫਿਰ ਮੈਂ ਉੱਪਰ ਫਿਰ ਆਇਆ, ਮੇਰੇ ਬੋਲਾ ਮੈਂ ਬੰਦ ਕਰ ਰਹਾ ਉਹਦੀ ਵੀ ਦੁਕਾਨ, ਇਹਨਾਂ ਨੇ ਬੋਲਾ ਦੁਕਾਨ ਮਤ ਬੰਦ ਕਰੋ, ਇਹਨਾਂ ਨੇ ਲੱਠੀ ਵਜਾਣੀ ਸ਼ੁਰੂ ਕਰੀ, ਫਿਰ ਤਲਵਾਰ ਕਾਢੀ ਇਹਨਾਂ ਨੇ, ਉਹ ਤਲਵਾਰ ਵੀ ਮੇਰੇ ਪਿੱਛੇ ਲੈ ਕੇ ਭਾਗ ਗਈ, ਫਿਰ ਉਹ ਦਰਸ਼ਨ ਲੱਡ ਵੀ ਮਾਰਾ ਇਹਨਾਂ ਨੇ।